ਸਸ਼ਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵਾ ਅਮਰੀਕਾ ਦੇ ਸਾਊਥਰਨ ਕੈਲੀਫੋਰਨੀਆ ਦੇ ਵਿੱਚ ਡੋਨਲਡ ਟਰੰਪ ਦੀ ਰੈਲੀ ਸਥਾਨ ਨੇੜੇ ਇੱਕ ਜਾਂਚ ਚੌਕੀ ਤੇ ਨਿਵੇਦ ਦਾ ਵਾਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਾਹਨ ਦੇ ਵਿੱਚੋਂ ਹਥਿਆਰ ਕੋਲਾ ਬਾਰੂਦ ਤੇ ਕਈ ਫਰਜ਼ੀ ਪਾਸਪੋਰਟ ਬਰਾਮਦ ਕੀਤੇ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੂੰ ਉਸੇ ਦਿਨ 5000 ਅਮਰੀਕੀ ਡਾਲਰ ਦੀ ਜ਼ਮਾਨਤ ਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ ਰੀਵਰਸਾਈਡ ਕਾਉਂਟੀ ਦੇ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਾਸ ਵੇਗਸ ਵਾਸੀ ਇੱਕ ਗੈਰ ਰਜਿਸਟਰਡ ਐਸਯੂਵੀ ਚਲਾ ਰਿਹਾ ਸੀ ਜਿਸ ਤੇ ਅਬਾਧ ਲਾਇਸੈਂਸ ਪਲੇਟ ਲੱਗੀ ਸੀ ਤੇ ਵਿਅਕਤੀ ਪੱਤਰਕਾਰ ਹੋਣ ਦਾ ਦਾਵਾ ਪੱਤਰ ਨਹੀਂ ਸੀ ਜਿਸ ਕਰਕੇ ਆਨਲਾਈਨ ਰਿਕਾਰਡ ਅਨੁਸਾਰ ਵਿਅਕਤੀ ਨੂੰ 2 ਜਨਵਰੀ 2025 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਜ਼ਰਾਈਲ ਦੇ ਵੱਲੋਂ ਕੇਂਦਰੀ ਗਾਜ਼ਾ ਪੱਟੀ 'ਚ ਕੀਤੇ ਹਮਲੇ ਦੌਰਾਨ ਇੱਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ ਹੋਈ ਹੈ। ਪਾਲੇਸਤਾਈਨ ਦੇ ਮੈਡੀਕਲ ਅਧਿਕਾਰੀਆਂ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਇਜ਼ਰਾਈਲ ਵੱਲੋਂ ਗਾਜ਼ਾ 'ਚ ਹਮਾਸ ਤੇ ਲਿਬਨਾਨ 'ਚ ਹਿਜ਼ਬੁਲਾ ਖਿਲਾਫ ਖਵਾਈ ਤੇ ਜ਼ਮੀਨੀ ਹਮਲੇ ਕੀਤੇ ਜਾ ਰਹੇ ਨੇ। ਤਦੀਰਲ ਬਲਾਹਨੇੜੇ ਸਥਿਤ ਅਲ ਅਕਸਾ ਮਾਰਟਾਇਰਸ ਹਸਪਤਾਲ ਮੁਤਾਬਕ ਗਾਜ਼ਾ 'ਚ ਦੇਰ ਰਾਤ ਨੁਏਸਰੀ ਤਸ਼ਰਨਾਤੀ ਕੈਂਪ ਦੇ ਵਿੱਚ ਇੱਕ ਮਕਾਨ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ ਮਾਤਾ ਪਿਤਾ ਤੇ ਉਹਨਾਂ ਦੇ 6 ਬੱਚਿਆਂ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਉਮਰ 8 ਤੋਂ 23 ਸਾਲ ਦੇ ਦਰਮਿਆਨ ਸੀ। ਇਹਨਾਂ ਸਾਰ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਕਾਫੀ ਜ਼ਿਆਦਾ ਗੰਬੀਰ ਦਾ ਸੀ ਗਈ ਹੈ ਹਮਾਸ ਨਾਲ جنگ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਇਜ਼ਰਾਈਲ ਦੇ ਹਮਲੇ ਜਾਰੀ ਹਨ ਉਹ ਗਾਜ਼ਾ 'ਚ ਰੋਜ਼ਾਨਾ ਹੀ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪੰਜਾਬ ਕਾਂਗਰਸ ਦੇ ਆਗੂਆਂ ਨੇ ਰਾਜ ਚੋਣ ਕਮਿਸ਼ਨ ਤੋਂ ਪੰਚਾਇਤੀ ਚੋਣਾਂ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਅੱਜ ਕਾਂਗਰਸੀ ਆਗੂ ਦਾ ਇੱਕ ਵਫਦ ਸੂਬਾ ਚੋਣ ਕਮਿਸ਼ਨ ਨੂੰ ਮਿਲਿਆ ਤੇ ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਚੋਣਾਂ ਵਿੱਚ ਵੱਡੇ ਪੱਧਰ ਤੇ ਧੋਖਾ ਧੜੀ ਹੋਈ ਹੈ ਜਿਸ ਕਾਰਨ ਲੋਕ ਸਹਿਮੇ ਹੋਏ ਨਹੀਂ ਦੱਸਦੀ ਹੈ ਕਿ ਪੱਤਰਕਾਰਾਂ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕੀਤੀ ਆਖਿਆ ਅਸੀਂ ਚੋਣਾਂ ਰੱਦ ਕਰਨ ਦੀ ਮੰਗ ਨਹੀਂ ਕਰ ਰਹੇ ਅਸੀਂ ਪੂਰੀ ਚੋਣ ਪ੍ਰਕਿਰਿਆ ਨੂੰ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਇਸ ਮਾਮਲੇ 'ਚ ਹਾਈ ਕੋਰਟ ਨੇ ਕਈ ਥਾਵਾਂ ਤੇ ਚੋਣ ਪ੍ਰਕਿਰਿਆ ਤੇ ਰੋਕ ਲਾਈ ਹੋਈ ਹੈ ਅਕਾਲੀ ਅਗੂ ਵਰਸਾ ਸਿੰਘ ਵਲਟੋਖਾ ਨੂੰ 15 ਅਕਤੂਬਰ ਨੂੰ ਸਵੇਰੇ 9 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਵਰਸਾ ਸਿੰਘ ਵਲਟੋਹਾ ਨੂੰ ਵੀ ਉਸ ਇਲਜ਼ਾਮ ਦੇ ਸਬੂਤ ਲਿਆਉਣ ਲਈ ਕਿਹਾ ਗਿਆ ਜਿਸ ਵਿੱਚ ਉਹਨਾਂ ਨੇ ਜਥੇਦਾਰ ਆਰਐਸਐਸ ਅਤੇ ਭਾਜਪਾ ਤੇ ਦਬਾਹ ਹੇਠ ਕੰਮ ਕਰਨ ਦਾ ਇਲਜ਼ਾਮ ਲਗਾਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵਰਸਾ ਸਿੰਘ ਵਲਟੋਹਾ ਨੂੰ ਲਿਖਤੀ ਹੁਕਮ ਭੇਜੇ ਗਏ ਹਨ ਤੇ ਉਹਨਾਂ ਨੂੰ 9 ਵਜੇ ਤੱਕ ਪੇਸ਼ ਹੋਣ ਲਈ ਕਿਹਾ ਗਿਆ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਉਸ ਸਮੇਂ ਤੱਕ ਪੇਸ਼ ਨਹੀਂ ਹੋਏ ਤਾਂ ਮੰਨਿਆ ਜਾਵੇਗਾ ਵਰਸਾ ਸਿੰਘ ਵਿਲਟੋਹਾ ਨੇ ਜ਼ਥੇਦਾਰਾਂ ਤੇ ਦਬਾਅ ਬਣਾਉਣ ਲਈ ਉਹਨਾਂ ਦੇ ਕਿਰਦਾਰ ਨੂੰ ਖੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਜ਼ਰਾਈਲ ਹਮਾਸ ਦੀ جنگ ਦਾ ਅਸਰ ਪੂਰੀ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਹੈ। ਇਜ਼ਰਾਈਲ ਜਿਵੇਂ-ਜਿਵੇਂ ਆਪਣੀਆਂ ਕਾਰਵਾਈਆਂ ਤੇਜ਼ ਕਰ ਰਿਹਾ ਉਸ ਨੂੰ ਕਮਾਂਤਰੀ ਪੱਧਰ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਹੀ ਦੂਜੇ ਦੇਸ਼ਾਂ ਵਿੱਚ ਵੀ ਯਹੂਦੀਆਂ ਅਤੇ ਇਜ਼ਰਾਈਲੀ ਨਾਗਰਿਕਾਂ ਤੇ ਹਮਲੇ ਵਧਣੇ ਸ਼ੁਰੂ ਹੋਏ ਨੇ। ਕੈਨੇਡਾ 'ਚ ਇੱਕ ਯਹੂਦੀ ਕੁੜੀਆਂ ਦੇ ਸਕੂਲ ਤੇ ਗੋਲੀਬਾਰੀ ਹੋਈ ਹੈ ਜਿਸ ਤੋਂ ਬਾਅਦ ਉੱਥੇ ਰਹਿ ਰਹੀ ਯਹੂਦੀਆਂ 'ਚ ਡਰ ਦਾ ਮਾਹੌਲ ਹੈ। ਇਹ ਹਮਲਾ ਯਹੂਦੀਆਂ ਦੇ ਸਭ ਤੋਂ ਵੱਡੇ ਤਿਉਹਾਰ ਯੋਮ ਕਿਪੂਰ ਦੇ ਮੌਕੇ ਤੇ ਕੀਤਾ ਗਿਆ ਹੈ। ਮੁਤਾਬਕ ਰਿਪੋਰਟ ਦੇ 4 ਵਜੇ ਦੇ ਕਰੀਬ ਵੈਸਟ ਸ਼ਾਇਆ ਮਸ਼ ਅ ਗਰਲ ਸਕੂਲ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਪਿਛਲੇ ਸਾਲ 'ਚ ਕੈਨੇਡਾ 'ਚ ਯਹੂਦੀਆਂ ਖਿਲਾਫ ਇਹ ਦੂਜੀ ਘਟਨਾ ਸਾਹਮਣੇ ਆਈ ਹੈ। 에어 ਇੰਡੀਆ ਦੇ ਇੱਕ ਜਹਾਜ਼ ਨੇ ਸਵੇਰੇ ਦਿੱਲੀ ਦੇ IGI ਹਵਾਈ ਅੱਡੇ ਤੇ ਅਮਰਜੈਂਸੀ ਲੈਂਡਿੰਗ ਕੀਤੀ ਹੈ। ਇਹ ਲੈਂਡਿੰਗ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕੀਤੀ ਗਈ ਸੀ। ਇਹ ਫਲਾਈਟ ਮੁੰਬਈ ਤੋਂ ਨਿਊਯਾਰਕ ਜਾ ਰਹੀ ਸੀ ਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ 에어 ਇੰਡੀਆ ਦੇ ਉਡਾਣ ਨੂੰ ਤੁਰੰਤ ਪ੍ਰਭਾਵ ਨਾਲ ਦਿੱਲੀ ਵੱਲ ਮੋੜ ਦਿੱਤਾ ਗਿਆ ਸੀ। IGI 에어ਪੋਰਟ ਦੇ ਅਨੁਸਾਰ ਤੇ 에어크래프트 ਇਸ ਸਮੇਂ 아이지 에어포ርት ਤੇ ਹੈ ਤੇ ਸਵਾਰ ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਮਿਆਰੀ ਸੁਰੱਖਿਆ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਅਸੀਂ ਤੁਹਾਡੇ ਸਹਿਯੋਗ ਦੀ ਬੇਨਤੀ ਕਰਦੇ ਹਾਂ ਤੁਹਾਨੂੰ ਗੈਰ ਪ੍ਰਮਾਣਿਤ ਜਾਣਕਾਰੀ ਫੈਲਾਉਣ ਤੋਂ ਬਚਣ ਲਈ ਕਹਿੰਦੇ ਹਾਂ ਹੋਰ ਜਾਣਕਾਰੀ ਸਮੇਂ-ਸਮੇਂ ਤੇ ਸਾਂਝੀ ਕਰ ਦਿੱਤੀ ਜਾਵੇਗੀ ਕੋਲਕਾਤਾ ਚ ਇੱਕ ਸਿੱਖਿਆਰਥੀ ਡਾਕਟਰ ਦੀ ਬਲਾਤਕਾਰ ਕਤਲ ਦੇ ਵਿਰੋਧ ਚ 5 ਅਕਤੂਬਰ ਤੋਂ ਭੁਖ ਹੜਤਾਲ ਤੇ ਬੈਠੇ ਇੱਕ ਹੋਰ ਡਾਕਟਰ ਦੀ ਹਾਲਤ ਦੇ ਰਾਤਨਜ਼ੁਖ ਹੋਈ ਹੈ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਦੱਸਿਆ ਕਿ ਸਿੱਖਿਆਰਥੀ ਡਾਕਟਰ ਤੇ ਹੋਰ ਵੀ ਜਿਹੜੇ ਦੱਸਦੀ ਹੈ ਕਿ ਗੰਭੀਰ ਹਾਲਤ ਚ ਐਨ ਆਰ ਐਸ ਹਸਪਤਾਲ ਚ ਦਾਖਲ ਕਰਵਾਏ ਗਏ ਨੇ ਲੋਕ ਤੇ ਉਹਨਾਂ ਨੂੰ ਪੇਟ ਚ ਤੇਜ਼ ਦਰਦ ਦੀ ਸ਼ਿਕਾਇਤ ਦੱਸੀ ਗਈ ਹੈ ਉਸ ਦੇ ਇਲਾਜ ਲਈ ਹਸਪਤਾਲ ਚ ਵੱਖਰਾ ਮੈਡੀਕਲ ਵਾਰਡ ਵੀ ਬਣਾਇਆ ਗਿਆ ਭੁਖ ਹੜਤਾਲ ਤੇ ਬੈਠੇ 10 ਡਾਕਟਰਾਂ ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਪਲਸਰ ਤੋਂ ਪਹਿਲਾਂ 12 ਅਕਤੂਬਰ ਨੂੰ ਡਾਕਟਰ अनुसतप मुखर्जी ਅਤੇ ਡਾਕਟਰ ਆਲੋਕ ਵਰਮਾ ਦੀ ਤबीयत ਕਾਫੀ ਵਿਗੜੀ ਹੈ ਤੇ ਇਸ ਦੇ ਨਾਲ ਹੀ 10 ਅਕਤੂਬਰ ਨੂੰ ਡਾਕਟਰ ਅਨਿਕੇਤ ਮਹਤੋ ਨੂੰ ਆਰਜ਼ੀ ਤੋਂ ਬਾਅਦ ਹਸਪਤਾਲ ਦੇ CCU ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਬੰਗਾਲ ਦੇ ਮੁਖ ਸਕੱਤਰ ਮਨੋਜ ਪੰਤ ਨੇ ਵੀ ਅੱਜ ਜੂਨੀਅਰ ਡਾਕਟਰ ਦੇ ਬਫਰ ਨੂੰ ਮਿਲਣ ਲਈ ਬੁਲਾਇਆ ਤੇ ਹਾਲਾਂਕਿ ਉਹਨਾਂ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਡਾਕਟਰ ਜਾਣਗੇ ਜਾਂ ਨਹੀਂ ਸੋ ਇਹ ਸੰਦੇਸ਼ ਤੁਹਾਨੂੰ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ